ਬਹੁਤ ਸਾਰੇ ਬੱਚੇ ਔਟਿਜ਼ਮ ਦਾ ਸ਼ਿਕਾਰ ਨੇ। ਮਾਂ ਪਿਓ ਨੂੰ ਸਭ ਤੋਂ ਪਹਿਲਾਂ ਤਾਂ ਨੌਲੇਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਮਾਂ ਪਿਓ ਡਾਇਗਨੋਜ਼ ਹੀ ਨਹੀਂ ਕਰ ਪਾਉਂਦੇ ਕਿ ਉਹਨਾਂ ਦੇ ਬੱਚੇ ਨੂੰ ਇਹ ਦਿੱਕਤ ਕਿਉਂ ਹੈ, ਔਟਿਜ਼ਮ ਕੀ ਹੈ, ਔਟਿਜ਼ਮ ਦੇ ਲੱਛਣ ਕੀ ਨੇ, ਕਿਵੇਂ ਔਟਿਜ਼ਮ ਬੱਚਿਆਂ ਦੇ ਵਿੱਚ ਫੈਲ ਰਿਹਾ ਹੈ ਅਤੇ ਅੱਗੇ ਔਟਿਜ਼ਮ ਦਾ ਉਪਚਾਰ ਕੀ ਹੈ। ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਔਲਾਦਾਂ ਨੇ ਉਹ ਲੋਕਾਂ ਦੇ ਇਹੋ ਜਿਹੀ ਪੈਦਾ ਹੋ ਰਹੀ ਆ ਜਿਹਨੂੰ ਆਪਾਂ ਸਿੱਧੇ ਅਲਫਾਜ਼ਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਮੰਦ ਬੁੱਧੀ ਹੈ, ਜਿਨ੍ਹਾਂ ਦਾ ਦਿਮਾਗ ਪ੍ਰੋਪਰ ਡਿਵੈਲਪ ਨਹੀਂ, ਜਿਨ੍ਹਾਂ ਦੀ ਜਵਾਨ ਪ੍ਰੋਪਰ ਡਿਵੈਲਪ ਨਹੀਂ, ਜਿਨ੍ਹਾਂ ਦੀ ਸੋਝੀ ਪ੍ਰੋਪਰ ਡਿਵੈਲਪ ਨਹੀਂ, ਜਿਨ੍ਹਾਂ ਦੀ ਨਿਗਾਹ ਪ੍ਰੋਪਰ ਡਿਵੈਲਪ ਨਹੀਂ, ਇੱਥੋਂ ਤੱਕ ਕਿ ਉਹਨਾਂ ਦੇ ਮਾਪੇ ਇਹ ਕਹਿੰਦੇ ਕਿ ਅਸੀਂ ਇਹਨਾਂ ਦਾ ਬਹਿਰਾਪਨ ਬੋਲਾਪਨ ਚੈੱਕ ਕਰਾਇਆ, ਸਾਡੀ ਗੱਲ ਸੁਣਦਾ ਕਿਉਂ ਨਹੀਂ। ਜਿਹੜਾ ਤੁਸੀਂ ਅਲਫਾਜ਼ ਵਰਤਿਆ ਔਟਿਜ਼ਮ, ਬਿਲਕੁਲ ਉਹਨਾਂ ਨੂੰ ਉਹ ਹੁੰਦਾ, ਔਟਿਜ਼ਮ ਹੁੰਦਾ, ADHD ਹੁੰਦਾ ਜਾਂ ਸਪੀਚ ਡਿਸਆਰਡਰ ਹੁੰਦਾ, ਜਾਂ ਕਈ ਦਫ਼ਾ ਡਿਲੇ ਸਿੰਡਰਮ ਦੇ ਵੀ ਸਾਡੇ ਕੋਲ ਬੱਚੇ ਆਉਂਦੇ ਨੇ, ਇੱਥੇ ਹੀ ਨਹੀਂ CP ਦੇ ਬੱਚੇ ਆਉਂਦੇ ਨੇ, ਸੈਰੇਬਲ ਪਾਲਸੀ ਦੇ। ਈ ਬਾਇਓਕੇਅਰ ਸੈਂਟਰਸ ਦੇ ਵਿੱਚ ਹਜ਼ਾਰਾਂ ਬੱਚੇ ਆਏ ਨੇ ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅਤੇ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਉਹ ਸਾਰੇ ਠੀਕ ਹੋ ਕੇ ਗਏ। ਜਿਹੜੇ ਬੋਲਦੇ ਨਹੀਂ ਸੀ ਬੋਲਦੇ ਨੇ, ਜਿਹੜੇ ਖਾਂਦੇ ਨਹੀਂ ਸੀ ਖਾਂਦੇ ਨੇ, ਜਿਹੜੇ ਯੂਰਨ ਸਟੂਲ ਵਾਸ਼ਰੂਮ ਟੋਇਲਟ ਵੱਡੇ ਸੀ ਛੋਟੇ ਸੀ ਵਿੱਚ ਹੀ ਕਰਦੇ ਸੀ, ਛੋਟੇ ਜਿਹੇ ਬੱਚੇ ਨੂੰ ਮਾਪਿਆਂ ਨੂੰ ਪਤਾ ਅਤੇ ਉਹਨਾਂ ਦਾ ਯੂਰਨ ਸਟੂਲ ਸਾਂਭਣਾ ਬੜਾ ਔਖਾ, ਅਤੇ ਜਦੋਂ ਵੱਡਾ ਬੱਚਾ ਹੋ ਜਾਂਦਾ ਅਤੇ ਉਹਦੀ ਜਿਹੜੀ ਕਿਰਿਆ ਆ ਉਹਨੂੰ ਸਾਂਭਣਾ ਬੜਾ ਮਾਪਿਆਂ ਵਾਸਤੇ ਦੁੱਖਦਾਈ ਹੁੰਦਾ। ਬਿਲਕੁਲ। ਅਤੇ ਉਹ ਬੱਚੇ ਜਿਹੜੇ ਆ ਅੱਜ ਆਪਣੇ ਆਪ ਆਪਣਾ ਯੂਰਨ ਸਟੂਲ ਜਾਂ ਵਾਸ਼ਰੂਮ ਦਾ ਸਾਰਾ ਕੰਮ ਖੁਦ ਆਪ ਕਰ ਲੈਂਦੇ ਨੇ ਡਿਊ ਟੂ ਇਲੈਕਟ੍ਰੋਪੈਥੀ ਮੈਡੀਸਨ। ਤਾਂ ਰਿਜ਼ਲਟ ਜਿਹੜੇ ਨੇ ਕਦੋਂ ਤੋਂ ਸ਼ੁਰੂ ਹੋ ਜਾਂਦੇ ਨੇ, ਡੇ 1 ਤੋਂ ਦੇਖਣ ਲੱਗ ਪੈਂਦੇ ਨੇ ਰਿਜ਼ਲਟ, ਕਿ ਟਾਈਮ ਲੱਗਦਾ? ਗੂਗਲ 'ਤੇ ਵੀ ਰਿਸਰਚ ਕਰ ਲਓ, ਇਹਦਾ ਇਲਾਜ ਨਹੀਂ ਹੈ ਕਿਤੇ ਵੀ, ਸਾਰੇ ਕਹਿ ਦਿੰਦੇ ਕਿ ਇਹਦਾ ਜੀ ਮੈਡੀਸਨ ਹੈ ਹੀ ਨਹੀਂ, ਅਤੇ ਪਰ ਜੇ ਦੁਨੀਆ ਦੇ ਕਿਤੇ ਕੋਨੇ 'ਤੇ ਇਲਾਜ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਥੋਂ ਹਜ਼ਾਰਾਂ ਬੱਚੇ ਪੇਸ਼ੈਂਟ ਠੀਕ ਹੋ ਕੇ ਗਏ ਨੇ, ਪਰ ਸਮਾਂ ਜ਼ਰੂਰ ਲੱਗਦਾ, ਕਿਸੇ ਨੂੰ 2-4 ਮਹੀਨੇ ਰਿਜ਼ਲਟ ਦੇਖਣ ਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟ ਆ ਰਿਹਾ, ਕਿਸੇ ਨੂੰ 6 ਮਹੀਨੇ, ਕਿਸੇ ਨੂੰ ਸਾਲ, 1.5 ਸਾਲ, 2 ਸਾਲ ਵੀ ਲੱਗ ਜਾਂਦੇ ਨੇ। ਪਰ ਮੈਂ ਹੈਰਾਨ ਹਾਂ, ਕੁਝ ਸਾਡੇ ਪੇਸ਼ੈਂਟ ਇਹੋ ਜਿਹੇ ਨੇ ਜਿਹੜੇ 3 ਮਹੀਨੇ 'ਚ 100% ਠੀਕ ਨੇ, ਕੁਝ ਇਹੋ ਜਿਹੇ ਨੇ ਵੀ ਜਿਹੜੇ 1 ਮਹੀਨੇ ਵਿੱਚ 100% ਠੀਕ ਨੇ, ਅਤੇ ਉਹ ਆਖਣ ਲੱਗੇ ਡਾਕਟਰ ਸਾਹਿਬ ਹੋਰ ਦਵਾਈ ਦੀ ਲੋੜ ਹੈ, 1 ਮਹੀਨਾ ਦਵਾਈ ਖਾਧੀ ਤਾਂ ਬੱਚਾ 100% ਠੀਕ ਹੈ। ਪੰਜਾਬ ਹਰਿਆਣਾ ਲਾਈਵ ਦੇ ਨਾਲ ਤੁਸੀਂ ਜੁੜੇ ਹੋ ਅਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਅੱਜ ਅਸੀਂ ਮੌਜੂਦ ਹਾਂ ਈ ਬਾਇਓ ਕੇਅਰਸ ਕਲੀਨਿਕ ਜਲੰਧਰ ਦੇ ਵਿਖੇ, ਜਿੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਜਸਵਿੰਦਰ। ਇਹਨਾਂ ਦੇ ਨਾਲ ਅਸੀਂ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ। ਟੋਪਿਕ ਹੈ ਔਟਿਜ਼ਮ। ਬਹੁਤ ਸਾਰੇ ਬੱਚੇ ਔਟਿਜ਼ਮ ਦਾ ਸ਼ਿਕਾਰ ਨੇ। ਮਾਂ ਪਿਓ ਨੂੰ ਸਭ ਤੋਂ ਪਹਿਲਾਂ ਤਾਂ ਨੌਲੇਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਮਾਂ ਪਿਓ ਡਾਇਗਨੋਜ਼ ਹੀ ਨਹੀਂ ਕਰ ਪਾਉਂਦੇ ਕਿ ਉਹਨਾਂ ਦੇ ਬੱਚੇ ਨੂੰ ਇਹ ਦਿੱਕਤ ਕਿਉਂ ਹੈ, ਇੰਨੀ ਉੱਛਲ ਕੂਦ, ਇੰਨਾ ਐਗਰੈਸਿਵਪਨ, ਜਾਂ ਮਾਂ ਪਿਓ ਦੀ ਗੱਲ ਸੁਣ ਕੇ ਵੀ ਅਣਸੁਣੀ ਕਰ ਦੇਣਾ। ਅਜਿਹੀਆਂ ਹਰਕਤਾਂ ਬੱਚਿਆਂ ਦੇ ਵਿੱਚ ਹੁੰਦੀਆਂ ਨੇ ਤਾਂ ਔਟਿਜ਼ਮ ਦਾ ਸ਼ਿਕਾਰ ਕਈ ਵਾਰ ਬੱਚੇ ਹੁੰਦੇ ਨੇ, ਪਰ ਮਾਪਿਆਂ ਨੂੰ ਨੌਲੇਜ ਨਹੀਂ ਹੈ, ਮਾਪਿਆਂ ਨੂੰ ਇਸ ਦੇ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹਨਾਂ ਦੇ ਬੱਚੇ ਦੇ ਨਾਲ ਅਜਿਹਾ ਕਿਉਂ ਹੋ ਰਿਹਾ। ਔਟਿਜ਼ਮ ਕੀ ਹੈ, ਔਟਿਜ਼ਮ ਦੇ ਲੱਛਣ ਕੀ ਨੇ, ਕਿਵੇਂ ਔਟਿਜ਼ਮ ਬੱਚਿਆਂ ਦੇ ਵਿੱਚ ਫੈਲ ਰਿਹਾ ਹੈ, ਅਤੇ ਅੱਗੇ ਔਟਿਜ਼ਮ ਦਾ ਉਪਚਾਰ ਕੀ ਹੈ, ਇਸ ਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਜਸਵਿੰਦਰ, ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਲ, ਔਟਿਜ਼ਮ ਕੀ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਿਰ ਤੋਂ। ਅਤੇ ਜਿਹੜਾ ਤੁਹਾਡਾ ਸਵਾਲ ਹੈ ਕਿ ਔਟਿਜ਼ਮ ਹੈ ਕੀ, ਬਹੁਤ ਵਧੀਆ। ਅੱਜ ਦੀ ਤਾਰੀਖ ਦੇ ਵਿੱਚ ਸਾਰੇ ਆਉਣ ਵਾਲੀਆਂ ਜਨਰੇਸ਼ਨ ਜਿਹੜੀ ਹੈਗੀ ਆ, ਜਿਹੜੇ ਸਾਡੇ ਸਮਾਜ ਦੇ ਵਿੱਚ, ਕੀ ਕੇਵਲ ਇੰਡੀਆ ਭਾਰਤ ਦੇ ਵਿੱਚ ਹੀ ਨਹੀਂ,
ਵਿਦੇਸ਼ਾਂ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਕਿ ਸਾਡਾ ਰਹਿਣ ਸਹਿਣ ਖਾਣ ਪੀਣ ਪਹਿਲਣ ਪਹਿਨਣ ਅਤੇ ਬੋਲਣ ਅਤੇ ਐਟਮੋਸਫੇਅਰ ਇਹੋ ਜਿਹਾ ਹੋ ਗਿਆ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਔਲਾਦਾਂ ਨੇ ਉਹ ਲੋਕਾਂ ਦੇ ਇਹੋ ਜਿਹੀ ਪੈਦਾ ਹੋ ਰਹੀ ਆ ਜਿਹਨੂੰ ਆਪਾਂ ਸਿੱਧੇ ਅਲਫਾਜ਼ਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਮੰਦਬੁੱਧੀ ਹੈ, ਜਿਨ੍ਹਾਂ ਦਾ ਦਿਮਾਗ ਪ੍ਰੋਪਰ ਡਿਵੈਲਪ ਨਹੀਂ, ਜਿਨ੍ਹਾਂ ਦੀ ਜਵਾਨ ਪ੍ਰੋਪਰ ਡਿਵੈਲਪ ਨਹੀਂ, ਜਿਨ੍ਹਾਂ ਦੀ ਸੋਝੀ ਪ੍ਰੋਪਰ ਡਿਵੈਲਪ ਨਹੀਂ, ਜਿਨ੍ਹਾਂ ਦੀ ਨਿਗਾਹ ਪ੍ਰੋਪਰ ਡਿਵੈਲਪ ਨਹੀਂ, ਇੱਥੋਂ ਤੱਕ ਕਿ ਉਹਨਾਂ ਦੇ ਮਾਪੇ ਇਹ ਕਹਿੰਦੇ ਕਿ ਅਸੀਂ ਇਹਨਾਂ ਦਾ ਬਹਿਰਾਪਨ ਬੋਲਾਪਨ ਚੈੱਕ ਕਰਾਇਆ, ਸਾਡੀ ਗੱਲ ਸੁਣਦਾ ਕਿਉਂ ਨਹੀਂ, ਕਿਉਂਕਿ ਜਿੰਨੀ ਮਰਜ਼ੀ ਆਵਾਜ਼ ਉਹ ਆਪਣੇ ਬੱਚੇ ਨੂੰ ਮਾਰੀ ਜਾਂਦੇ ਉਹ ਸੁਣਦੇ ਹੀ ਨਹੀਂ। ਜਿਹੜਾ ਤੁਸੀਂ ਅਲਫਾਜ਼ ਵਰਤਿਆ ਔਟਿਜ਼ਮ, ਬਿਲਕੁਲ ਉਹਨਾਂ ਨੂੰ ਉਹ ਹੁੰਦਾ, ਔਟਿਜ਼ਮ ਹੁੰਦਾ, ADHD ਹੁੰਦਾ ਜਾਂ ਸਪੀਚ ਡਿਸਆਰਡਰ ਹੁੰਦਾ ਜਾਂ ਕਈ ਦਫ਼ਾ ਡਿਲੇ ਸਿੰਡਰਮ ਦੇ ਵੀ ਸਾਡੇ ਕੋਲ ਬੱਚੇ ਆਉਂਦੇ ਨੇ, ਇੱਥੇ ਹੀ ਨਹੀਂ CP ਦੇ ਬੱਚੇ ਆਉਂਦੇ ਨੇ ਸੈਰੇਬਲ ਪਾਲਸੀ ਦੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਅਤੇ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਈ ਬਾਇਓਕੇਅਰ ਸੈਂਟਰਸ ਦੇ ਵਿੱਚ ਹਜ਼ਾਰਾਂ ਬੱਚੇ ਆਏ ਨੇ ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਅਤੇ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਉਹ ਸਾਰੇ ਠੀਕ ਹੋ ਕੇ ਗਏ। ਸਾਡੇ ਕੋਲ ਉਹਨਾਂ ਦਾ ਡਾਟਾ ਪਿਆ, ਜਿਹੜੇ ਬੋਲਦੇ ਨਹੀਂ ਸੀ, ਬਿਲਕੁਲ ਕੁਛ ਨਹੀਂ ਸੀ ਬੋਲਦੇ, ਇਸ ਟਾਈਮ ਉਹ ਬੋਲਣ ਲੱਗ ਪਏ। ਜਿਹੜੇ ਚਬਾ ਕੇ ਕੁਛ ਖਾ ਨਹੀਂ ਸੀ ਸਕਦੇ, ਉਹਨਾਂ ਦੇ ਮਾਪੇ ਉਹਨਾਂ ਨੂੰ ਲੀਕੁਇਡ ਟਾਈਮ ਦੇਖ ਕੇ ਉਹਨਾਂ ਦੇ ਮੂੰਹ 'ਚ ਪਾਉਂਦੇ ਸੀ ਕਿ ਇਹਨਾਂ ਦਾ ਜ਼ਿੰਦਾ ਰਹਿਣਾ ਜ਼ਰੂਰੀ ਆ, ਕਿ ਇਹਨਾਂ ਨੂੰ ਭੁੱਖ ਲੱਗੀ ਹੋਏਗੀ। ਮਾਪੇ ਨਾਲੇ ਰੋਂਦੇ ਸੀ ਅਤੇ ਨਾਲੇ ਸਮਾਂ ਦੇਖ ਕੇ ਉਹਨਾਂ ਦੇ ਮੂੰਹ 'ਚ ਕੁਛ ਪਾਉਂਦੇ ਸੀ। ਅੱਜ ਦੀ ਡੇਟ ਵਿੱਚ ਉਹ ਬੱਚੇ ਆਪਣੇ ਆਪ ਮੰਗ ਕੇ, ਸਾਡੀ ਦਵਾਈ ਦੇ ਨਾਲ ਮੰਗ ਕੇ ਚਬਾ ਕੇ ਕੁਛ ਖਾਣ ਲੱਗ ਪਏ, ਅਤੇ ਜਿਹੜੇ ਗੱਲ ਸੁਣਦੇ ਨਹੀਂ ਸੀ, ਜਿਹਨਾਂ ਮਾਪਿਆਂ ਨੇ ਆਪਣੇ ਬੱਚਿਆਂ ਦਾ ਬਹਿਰਾਪਨ ਟੈਸਟ ਕਰਾਇਆ ਸੀ, ਜਦੋਂ ਕੋਈ ਵੀ ਆਵਾਜ਼ ਦਿੰਦੇ ਨੇ ਤਾਂ ਉਹ ਝੜ ਦੇਣੀ ਆਪਣੇ ਮਾਪਿਆਂ ਦੀ ਕਮਾਂਡ ਫੋਲੋ ਕਰਦੇ ਨੇ। ਹੁਣ ਉਹ ਦਵਾਈ ਦੇ ਨਾਲ ਕਮਾਂਡ ਫੋਲੋ ਕਰਦੇ ਨੇ, ਕਿਹਾ ਮੰਨਦੇ ਨੇ, ਆਖੇ ਲੱਗਦੇ ਨੇ, ਅਤੇ ਸਾਰੇ ਦੁਨੀਆਦਾਰੀ ਦੇ ਉਹ ਕੰਮ ਕਰਦੇ ਨੇ। ਜਿਹੜੇ ਬੋਲਦੇ ਨਹੀਂ ਸੀ ਬੋਲਦੇ ਨੇ, ਜਿਹੜੇ ਖਾਂਦੇ ਨਹੀਂ ਸੀ ਖਾਂਦੇ ਨੇ, ਜਿਹੜੇ ਯੂਰਨ ਸਟੂਲ ਵਾਸ਼ਰੂਮ ਟੋਇਲਟ ਵੱਡੇ ਸੀ ਛੋਟੇ ਸੀ ਵਿੱਚ ਹੀ ਕਰਦੇ ਸੀ। ਛੋਟੇ ਜਿਹੇ ਬੱਚੇ ਨੂੰ ਮਾਪਿਆਂ ਨੂੰ ਪਤਾ ਅਤੇ ਉਹਨਾਂ ਦਾ ਯੂਰਨ ਸਟੂਲ ਸਾਂਭਣਾ ਬੜਾ ਔਖਾ, ਅਤੇ ਜਦੋਂ ਵੱਡਾ ਬੱਚਾ ਹੋ ਜਾਂਦਾ ਅਤੇ ਉਹਨੂੰ ਉਹਦੀ ਜਿਹੜੀ ਕਿਰਿਆ ਆ ਉਹਨੂੰ ਸਾਂਭਣਾ ਬੜਾ ਮਾਪਿਆਂ ਵਾਸਤੇ ਦੁੱਖਦਾਈ ਹੁੰਦਾ। ਬਿਲਕੁਲ। ਅਤੇ ਉਹ ਬੱਚੇ ਜਿਹੜੇ ਆ ਅੱਜ ਆਪਣੇ ਆਪ ਆਪਣਾ ਯੂਰਨ ਸਟੂਲ ਜਾਂ ਵਾਸ਼ਰੂਮ ਦਾ ਸਾਰਾ ਕੰਮ ਖੁਦ ਆਪ ਕਰ ਲੈਂਦੇ ਨੇ ਡਿਊ ਟੂ ਇਲੈਕਟ੍ਰੋਪੈਥੀ ਮੈਡੀਸਨ। ਜੀ। ਅਤੇ ਜਿਹੜੇ ਹਾਈਪਰ ਰਹਿੰਦੇ ਸੀ, ਤੁਸੀਂ ਦੱਸਿਆ ਨਾ ਉਹਨਾਂ ਨੂੰ ADHD ਕਹਿੰਦੇ, ਬਹੁਤ ਜ਼ਿਆਦਾ ਹਾਈਪਰ ਰਹਿੰਦੇ ਆ, ਸੁਪਰ ਹਾਈਪਰ ਰਹਿੰਦੇ, ਅਗਰੈਸਿਵ ਰਹਿੰਦੇ, ਉਛਲ ਕੂਦ ਕਰਦੇ ਆ, ਕਈ ਦਫ਼ਾ ਉਹ ਦੰਦ ਕਿਰਚਦੇ ਆ, ਕਈ ਦਫ਼ਾ ਸਿਰ 'ਤੇ ਹੱਥ ਮਾਰਦੇ ਜਾਂ ਸਿਰ ਨੀਚੇ ਪਟਕਦੇ ਆ, ਕਿਉਂਕਿ ਉਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ। ਅਤੇ ਉਹ ਲੋਕ ਵੀ, ਉਹ ਬੱਚੇ ਜਿਹੜੇ ਰਾਤ ਨੂੰ ਸੌਂਦੇ ਨਹੀਂ ਸੀ, ਉਹਨਾਂ ਨੂੰ ਮੈਂ ਅੰਗਰੇਜ਼ੀ ਦਵਾਈ ਦਾ ਨਾਮ ਨਹੀਂ ਲੈਣਾ, ਕੋਈ ਬਹੁਤ ਸਾਰੀਆਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਕਿ ਉਹ ਥੋੜ੍ਹਾ ਜਿਹਾ ਉਹਨਾਂ ਦੇ ਅੰਦਰ ਟਿਕਾਓ ਆ ਜਾਵੇ, ਠਹਿਰਾਓ ਆ ਜਾਵੇ, ਉਹ ਥੋੜ੍ਹੇ ਜਿਹੇ ਕਾਮ ਹੋ ਜਾਣ। ਬਹੁਤ ਸਾਰੀਆਂ ਦਵਾਈਆਂ ਦਾ ਸਹਾਰਾ ਲਿਆ ਜਾਂਦਾ। ਅਤੇ ਜਦੋਂ ਉਹਨਾਂ ਨੇ ਹੁਣ ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਜੁੜੇ ਨੇ ਲਿੱਤੀ ਹੈ, ਅਤੇ ਉਹਨਾਂ ਦੀ ਹਾਈਪਰ ਐਕਟੀਵਿਟੀ ਬਿਲਕੁਲ ਠੀਕ ਹੋ ਗਈ ਆ। ਉਹਨਾਂ ਦਾ ਹਾਈਪਰ ਐਕਟੀਵਿਟੀ ਅਗਰੈਸਿਵ ਜਿਹੜਾ ਸੀ ਜਾਂ ਉਛਲ ਕੂਦ ਕਰਦੇ ਸੀ, ਟਿਕਾਓ ਨਹੀਂ ਸੀ ਆਉਂਦਾ, ਨੀਂਦ ਨਹੀਂ ਸੀ ਆਉਂਦੀ, ਇਲੈਕਟ੍ਰੋਪੈਥੀ ਮੈਡੀਸਨ ਦੇ ਨਾਲ ਉਹ ਵੀ ਬਿਲਕੁਲ ਠੀਕ ਨੇ। ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਡਾਇਗਨੋਸ ਕਰ ਸਕਦੇ ਨੇ, ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਮੈਨੂੰ ਲੱਗਦਾ ਕਿ ਮਾਪਿਓ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੇ ਬੱਚਿਆਂ ਨੂੰ ਹੋ ਕੀ ਰਿਹਾ। ਇਹ ਬਿਲਕੁਲ ਸਹੀ ਹੈ ਜੀ। ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕਿ ਕਹਿੰਦੇ ਅਸੀਂ ਕਿਹਾ ਵੀ ਸ਼ਾਇਦ ਬੱਚਾ ਥੋੜ੍ਹਾ ਕੋਈ ਬਿਮਾਰ ਹੈ, ਬੁਖਾਰ ਹੋਇਆ ਜਾਂ ਢਿੱਲਾ ਦਿਖਾਈ ਦੇ ਰਿਹਾ, ਫਲਾਣੇ ਡਾਕਟਰ ਕੋਲ ਗਏ, ਫਲਾਣੇ ਕੋਲ ਗਏ, ਸਮਝ ਨਹੀਂ ਆਉਂਦੀ, ਜਾਂ ਕਈ ਦਫ਼ਾ ਮਾਪਿਆਂ ਨੂੰ ਇਹ ਲੱਗਦਾ ਕਿ ਇਹ ਬੋਲਾ ਹੋ ਗਿਆ ਜਾਂ ਇਹਨੂੰ ਸੁਣਦਾ ਨਹੀਂ ਅਤੇ ਸਮਝ ਨਹੀਂ ਆਉਂਦੀ ਕਰੀਏ ਕਿ ਜਾਈਏ ਕਿੱਥੇ, ਕਿਉਂਕਿ ਇਹ ਇੱਕ ਇਹੋ ਜਿਹੀ ਡਿਜ਼ੀਜ਼ ਹੈਗੀ ਆ ਜਿਹਨੂੰ ਆਮ ਲੋਕ
ਦੇ ਸਮਝ ਤੋਂ ਪਰੇ ਦੀ ਗੱਲ, ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ADHD ਹੁੰਦਾ ਕੀ ਹੈ, ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਆਟਿਜ਼ਮ ਹੁੰਦਾ ਕੀ ਹੈ, ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਪੀਚ ਡਿਲੇ ਕੀ ਹੈ, ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸੇਰੀਬਲ ਪਾਲਸੀ ਜਾਂ CP ਦੀ ਪ੍ਰੋਬਲਮ ਕੀ ਹੈ। ਅਤੇ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ, ਉਹਨਾਂ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਕਿਉਂਕਿ ਤੁਹਾਡੇ ਕੋਲੋਂ ਉਹਨਾਂ ਨੂੰ ਰੈਫਰ ਦਿੰਦੇ ਨਾ, ਪੇਸ਼ੈਂਟ ਟੂ ਪੇਸ਼ੈਂਟ ਰੈਫਰੈਂਸ ਜਦੋਂ ਮਿਲਦਾ, ਜਦੋਂ ਉਹ ਕਿਸੇ ਬਹੁਤ ਸਾਰੇ ਅੱਜ ਕੱਲ੍ਹ ਸਮਾਜ ਦੇ ਵਿੱਚ ਸੈਂਟਰ ਚੱਲਦੇ ਨੇ, ਥੈਰੇਪੀ ਸੈਂਟਰ ਆ, ਸਪੀਚ ਜਾਂ ਓਕੂਪੇਸ਼ਨਲ ਬਿਹੇਵੀਅਰ ਥੈਰੇਪੀ ਜਦੋਂ ਲੈ ਰਹੇ ਨੇ, ਜਾਂ ਬਹੁਤ ਸਾਰੀਆਂ ਹੋਰ ਵੀ ਥੈਰੇਪੀਜ਼ ਉਹ ਸੈਂਟਰਾਂ 'ਚੋਂ ਲੈਂਦੇ ਨੇ, ਅਤੇ ਕੁਝ ਪੇਸ਼ੈਂਟ ਜਿਹੜੇ ਸਾਡੇ ਕੋਲ ਆਏ ਹੁੰਦੇ ਨੇ, ਠੀਕ ਹੋ ਕੇ ਜਾਂਦੇ ਨੇ, ਤਾਂ ਪੇਸ਼ੈਂਟ ਟੂ ਪੇਸ਼ੈਂਟ ਰੈਫਰੈਂਸ ਮਿਲਦਾ ਕਿ ਸਾਡੇ ਕੋਲ ਜਦੋਂ ਆਉਂਦੇ ਨੇ ਤਾਂ ਅਸੀਂ ਪੇਸ਼ੈਂਟ ਨੂੰ ਚੈੱਕ ਕਰੀਦਾ ਬੱਚਿਆਂ ਨੂੰ। ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਅਸੀਂ ਪੇਸ਼ੈਂਟ ਦਾ ਚਿਹਰਾ ਦੇਖਦੇ ਹਾਂ, ਫਿਰ ਅੱਖਾਂ ਦੇਖਦੇ ਹਾਂ, ਫਿਰ ਉਹਨਾਂ ਬੱਚਿਆਂ ਦੀ ਜੀਭ ਉੱਪਰੋਂ ਅਤੇ ਥੱਲਿਓਂ ਦੇਖਦੇ ਹਾਂ, ਇੱਥੇ ਬਸ ਨਹੀਂ, ਫਿਰ ਉਹਨਾਂ ਬੱਚਿਆਂ ਦੇ ਨੇਲਸ ਜਿਹੜੇ ਹੈਗੇ ਆ ਉਹ ਵੀ ਚੈੱਕ ਕਰੀਦੇ ਆ, ਉੱਥੋਂ ਹੀ ਨਹੀਂ ਫਿਰ ਉਸ ਤੋਂ ਅੱਗੇ ਉਹਨਾਂ ਦੀ ਨਬਜ਼ ਦੇਖੀ ਦੀ, ਉਹਨਾਂ ਦੀ ਵਾਤ ਪਿੱਤ ਕਫ ਚੈੱਕ ਕਰੀਦੀ, ਫਿਰ ਅਸੀਂ ਆਪਣੇ ਜਿਹੜਾ ਸਾਡੀ ਜ਼ਿੰਦਗੀ ਦਾ ਤਜ਼ਰਬਾ, ਸਿਸਟਮ ਆਫ ਇਲੈਕਟ੍ਰੋਪੈਥੀ ਦਾ ਜਿਹੜੀ ਸਟੱਡੀ ਆ, ਜਾਂ ਆਯੁਰਵੇਦ ਦੀ ਜਿਹੜੀ ਸਾਡੇ ਕੋਲ ਸਟੱਡੀ ਆ, ਜਿਹੜਾ ਸਾਡਾ ਬਹੁਤ ਪਿਛਲੇ 25-26-27 ਸਾਲਾਂ ਦਾ ਐਕਸਪੀਰੀਅੰਸ ਆ, ਉਹਦੇ ਆਧਾਰ 'ਤੇ ਅਸੀਂ ਉਸ ਬੱਚਿਆਂ ਨੂੰ ਡਾਇਗਨੋਸ ਕਰਕੇ ਪੇਰੈਂਟਸ ਨੂੰ ਦੱਸਦੇ ਹਾਂ ਕਿ ਤੁਹਾਡੇ ਬੱਚੇ ਨੂੰ ਆਟਿਜ਼ਮ ਆ, ਤੁਹਾਡੇ ਬੱਚੇ ਨੂੰ ADHD ਆ, ਤੁਹਾਡੇ ਬੱਚੇ ਨੂੰ ਦੋਨੇ ਹੀ ਚੀਜ਼ਾਂ ਹੈਗੀਆਂ, ਤੁਹਾਡੇ ਬੱਚੇ ਨੂੰ CP ਦੀ ਪ੍ਰੋਬਲਮ ਆ, ਤੁਹਾਡਾ ਬੱਚਾ ਡਿਲੇ ਸਿੰਡਰਮ ਹੈ ਜਾਂ ਕੋਈ ਹੋਰ ਚੀਜ਼ ਆ। ਅਤੇ ਫਿਰ ਉਹ ਹੈਰਾਨ ਰਹਿ ਜਾਂਦੇ ਆ ਕਿ ਜਦੋਂ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਇਹੋ ਜਿਹੇ ਬਿਹੇਵ ਕਰਦਾ, ਹਾਲਾਂਕਿ ਪੇਸ਼ੈਂਟ ਨਹੀਂ ਸਾਨੂੰ ਦੱਸਦਾ, ਅਸੀਂ ਪੇਸ਼ੈਂਟ ਨੂੰ ਦੱਸ ਦਈਦਾ ਕਿ ਇਹਦੇ ਬ੍ਰੇਨ ਦਾ ਜਿਹੜਾ ਸੇਰੇਬਲ ਫਲੂਇਡ ਐਕਸਪੈਂਡ ਹੋਇਆ, ਘਟਿਆ, ਵਧਿਆ, ਬੁਖਾਰ ਆ ਦਿਮਾਗੀ, ਜਾਂ ਪੇਟ 'ਚ ਬੁਖਾਰ ਆ, ਜਾਂ ਕੀ ਚੀਜ਼ ਆ, ਉਹ ਸਾਰਾ ਜਦੋਂ ਡਾਇਗਨੋਸ ਕਰਕੇ ਦੇਖਦੇ ਹਾਂ ਅਤੇ ਦੱਸਦੇ ਹਾਂ, ਅਤੇ ਉਸ ਤੋਂ ਬਾਅਦ ਜਦੋਂ ਆਪਾਂ ਪੇਸ਼ੈਂਟ ਨੂੰ ਦਵਾਈ ਦੇਈਦੀ ਆ, ਅਤੇ ਫਿਰ ਉਹਦਾ ਜਦੋਂ ਰਿਜ਼ਲਟ ਆਉਂਦਾ ਅਤੇ ਫਿਰ ਮਿਰੈਕਲ ਰਿਜ਼ਲਟ ਮਿਲਦਾ, ਬਹੁਤ ਹੀ ਵਧੀਆ, ਅਤੇ ਮਾਪੇ ਵੀ ਖੁਸ਼, ਬੱਚੇ ਵੀ ਖੁਸ਼, ਅਤੇ ਉਹਨਾਂ ਦੇ ਜਿਹੜੇ ਦਾਦਾ ਦਾਦੀ ਨਾਨਾ ਨੇ, ਕਿਉਂਕਿ ਸਾਰਾ ਟੱਬਰ ਪਹਿਲਾਂ ਪਰੇਸ਼ਾਨ ਹੁੰਦਾ ਜਦੋਂ ਇੱਕ ਬੱਚਾ ਘਰ ਵਿੱਚ ਠੀਕ ਨਾ ਹੋਵੇ, ਅਤੇ ਸਾਰੇ ਟੱਬਰ ਨੂੰ ਪਰੇਸ਼ਾਨੀ ਹੁੰਦੀ ਵੀ ਇਹਨੂੰ ਕਿੱਥੇ ਲੈ ਕੇ ਜਾਈਏ, ਕੀ ਕਰੀਏ, ਕਿਹੜੀ ਟ੍ਰੀਟਮੈਂਟ ਕਰਾਈਏ, ਜਾਈਏ ਕਿੱਥੇ। ਇੱਥੋਂ ਤੁਸੀਂ ਹੈਰਾਨ ਹੋਵੋਗੇ ਕਿ ਸਾਡੇ ਕੋਲ ਇਹੋ ਜਿਹੇ ਪੇਸ਼ੈਂਟ ਵੀ ਆਏ ਜਿਹੜੇ ਕਹਿੰਦੇ ਸੀ ਕਿ ਡਾਕਟਰ ਸਾਹਿਬ ਅਸੀਂ ਆਪਣੇ ਇਕਲੌਤੇ ਬੱਚੇ ਤੋਂ ਇੰਨਾ ਪਰੇਸ਼ਾਨ ਹੈ ਕਿ ਇਹਦੇ ਨਾਲ ਤਾਂ ਨਾ ਹੀ ਹੁੰਦਾ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਉਹਨਾਂ ਨੇ ਟ੍ਰੀਟਮੈਂਟ ਲਈ ਹੈ, ਅਤੇ ਅੱਜ ਉਹ 100% ਠੀਕ ਆ ਅਤੇ ਬਿਲਕੁਲ ਆਨੰਦ ਦੇ ਨਾਲ ਜੀਵਨ ਬਤੀਤ ਕਰ ਰਹੇ। ਅੱਛਾ, ਇੱਕ ਵਾਰ ਇੱਦਾਂ ਹੁੰਦਾ ਕਿ ਜਦੋਂ ਕੋਈ ਵੀ ਡਿਸੀਜ਼ ਆਉਂਦੀ ਹੈ ਜਾਂ ਕੋਈ ਦਿੱਕਤ ਹੁੰਦੀ ਹੈ ਨਾ, ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਖਾਣੀ ਸ਼ੁਰੂ ਕਰਦੇ ਹਾਂ ਤਾਂ ਲੋਕਾਂ ਨੂੰ ਇਹ ਹੁੰਦਾ ਕਿ ਸਾਨੂੰ ਜਲਦੀ ਆਰਾਮ ਆ ਜਾਵੇ, ਤਾਂ ਜਦੋਂ ਤੁਸੀਂ ਇਲੈਕਟ੍ਰੋਪੈਥੀ ਦੇ ਨਾਲ ਇਹ ਆਟਿਜ਼ਮ ਪੀੜਿਤ ਬੱਚਿਆਂ ਨੂੰ ਠੀਕ ਕਰਦੇ ਹੋ ਜਾਂ ਦਵਾਈ ਉਹਨਾਂ ਨੂੰ ਦਿੰਦੇ ਹੋ, ਤਾਂ ਰਿਜ਼ਲਟ ਜਿਹੜੇ ਨੇ ਕਦੋਂ ਤੋਂ ਸ਼ੁਰੂ ਹੋ ਜਾਂਦੇ ਨੇ, ਡੇ 1 ਤੋਂ ਦੇਖਣ ਲੱਗ ਪੈਂਦੇ ਨੇ ਰਿਜ਼ਲਟ, ਕਿ ਟਾਈਮ ਲੱਗਦਾ ਤੁਹਾਡਾ? ਇਸ ਤਰ੍ਹਾਂ ਹੁੰਦਾ ਕਿ ਜਿਹੜੀ ਆਟਿਜ਼ਮ ਹੈ, ADHD ਆ, ਸਪੀਚ ਡਿਲੇ ਆ, ਜਾਂ CP ਦੀ ਪ੍ਰੋਬਲਮ ਹੈਗੀ ਆ, ਇਹਨਾਂ ਸਾਰੀਆਂ ਚੀਜ਼ਾਂ ਦਾ ਰਿਜ਼ਲਟ ਜਿਹੜਾ ਇੰਸਟੈਂਟ ਤਾਂ ਨਹੀਂ ਮਿਲਦਾ, ਬਟ ਸਮਾਂ ਥੋੜ੍ਹਾ ਲੱਗਦਾ। ਜੇ ਗੂਗਲ 'ਤੇ ਵੀ ਰਿਸਰਚ ਕਰੀਏ, ਦੁਨੀਆ ਦੇ ਕੋਨੇ ਕੋਨੇ ਤੋਂ ਸਾਡੇ ਕੋਲ ਦੇਸ਼ਾਂ ਵਿਦੇਸ਼ਾਂ 'ਚੋਂ ਵੀ ਪੇਸ਼ੈਂਟ ਆ ਰਹੇ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਲੱਗ ਗਿਆ ਕਿ ਜੇ ਕੇਵਲ ਅਤੇ ਕੇਵਲ ਇੱਕ ਜਗ੍ਹਾ ਇਹਦਾ ਇਲਾਜ ਹੈ, ਗੂਗਲ 'ਤੇ ਵੀ ਰਿਸਰਚ ਕਰ ਲਓ, ਇਹਦਾ ਇਲਾਜ ਨਹੀਂ ਹੈ ਕਿਤੇ ਵੀ, ਸਾਰੇ ਕਹਿ ਦਿੰਦੇ ਕਿ ਇਹਦਾ ਹੀ ਮੈਡੀਸਨ ਹੈ ਹੀ ਨਹੀਂ, ਅਤੇ ਪਰ ਜੇ ਦੁਨੀਆ ਦੇ ਕਿਤੇ ਕੋਨੇ 'ਤੇ ਇਲਾਜ ਹੈ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਥੋਂ ਹਜ਼ਾਰਾਂ ਬੱਚੇ ਪੇਸ਼ੈਂਟ ਠੀਕ ਹੋ ਕੇ ਗਏ ਨੇ, ਪਰ ਸਮਾਂ ਜ਼ਰੂਰ ਲੱਗਦਾ, ਕਿਸੇ ਨੂੰ 2-4 ਮਹੀਨੇ ਰਿਜ਼ਲਟ ਦੇਖਣ ਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟ ਆ ਰਿਹਾ, ਕਿਸੇ ਨੂੰ 6 ਮਹੀਨੇ, ਕਿਸੇ ਨੂੰ 1.5-2 ਸਾਲ ਵੀ ਲੱਗ ਜਾਂਦੇ ਨੇ, ਪਰ ਮੈਂ ਹੈਰਾਨ ਹਾਂ ਕੁਝ ਸਾਡੇ ਪੇਸ਼ੈਂਟ ਇਹੋ ਜਿਹੇ ਨੇ ਜਿਹੜੇ 3 ਮਹੀਨੇ 'ਚ 100% ਠੀਕ ਨੇ, ਕੁਝ ਇਹੋ ਜਿਹੇ ਨੇ ਵੀ
ਜਿਹੜੇ ਇੱਕ ਮਹੀਨੇ ਵਿੱਚ 100% ਠੀਕ ਨੇ ਅਤੇ ਉਹ ਆਖਣ ਲੱਗੇ ਡਾਕਟਰ ਸਾਹਿਬ ਹੋਰ ਦਵਾਈ ਦੀ ਲੋੜ ਹੈ, ਇੱਕ ਮਹੀਨਾ ਦਵਾਈ ਖਾਧੀ ਤਾਂ ਬੱਚਾ 100% ਠੀਕ ਹੈ। ਬਹੁਤ ਸਾਰੇ ਨੰਬਰ ਪੇਸ਼ੈਂਟ ਸਾਡੇ ਕੋਲ ਇਹੋ ਜਿਹੇ ਵੀ ਹੈ, ਪਰ ਅਸੀਂ ਫਿਰ ਵੀ ਇਹ ਕਹਿ ਕੇ ਚੱਲਦੇ ਹਾਂ ਕਿ ਇਹਨੂੰ 4 ਸਾਲ ਜਾਂ 5 ਸਾਲ ਲੱਗ ਜਾਂਦੇ, ਕਈ ਦਫ਼ਾ ਪੇਸ਼ੈਂਟ 2-2.5 ਸਾਲ ਦੇ ਵਿੱਚ ਬਿਲਕੁਲ ਕਿਓਰ ਹੋ ਜਾਂਦਾ। ਅੱਛਾ, ਜਿਹੜੇ ਦਵਾਈ ਖਾ ਕੇ ਇੱਕ ਵਾਰ ਕਿਓਰ ਹੋ ਚੁੱਕੇ ਨੇ, ਜਿਵੇਂ ਤੁਸੀਂ ਦੱਸਿਆ 4-5 ਸਾਲ ਬਾਅਦ ਬਿਲਕੁਲ ਠੀਕ ਹੋ ਜਾਂਦਾ, ਉਸ ਤੋਂ ਬਾਅਦ ਉਹ ਨੋਰਮਲ ਆਪਣੀ ਲਾਈਫ ਜੀ ਸਕਦਾ, ਮੁੜ ਕੇ ਤਾਂ ਨਹੀਂ ਕੋਈ ਦਿੱਕਤ ਆਉਂਦੀ? ਦੇਖੋ, ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਹੈਗੀ ਆ, ਇਹ ਕੇਵਲ ADHD, ਆਟਿਜ਼ਮ, ਸਪੀਚ ਡਿਲੇ ਸਿੰਡਰਮ ਜਾਂ ਕੇਵਲ ਹਾਈਪਰ ਐਕਟਿਵ ਜਾਂ ਇਹਨਾਂ ਵਾਸਤੇ ਨਹੀਂ, ਕੋਈ ਵੀ ਡਿਜ਼ੀਜ਼ ਹੋਵੇ ਜਿਹੜੀਆਂ ਆਪਾਂ ਇਸ ਇੰਟਰਵਿਊ ਵਿੱਚ ਨਹੀਂ ਵੀ ਡਿਸਕਸ ਕੀਤੀਆਂ, ਭਾਵੇਂ ਉਹ ਕੈਂਸਰ ਆ, ਕਿਡਨੀ ਆ, ਸ਼ੂਗਰ ਆ, ਜੁਆਇੰਟ ਪੇਨ ਆ, ਡਿਪਰੈਸ਼ਨ ਆ, ਸੋਰਾਈਸਿਸ ਆ, ਕੌਂਸਟੀਪੇਸ਼ਨ ਆ, ਐਸਥਮੈਟਿਕ ਆ, PCOD ਦੀ ਪ੍ਰੋਬਲਮ ਆ, ਬੇਸ਼ੱਕ ਕੋਈ ਵੀ ਆ, ਭਾਵੇਂ ਉਹ ਆਟਿਜ਼ਮ ਆ, ਜਦੋਂ ਵੀ ਕਿਤਿਓਂ ਵੀ ਜਦੋਂ ਤੁਸੀਂ ਇਲੈਕਟ੍ਰੋਪੈਥੀ ਦਵਾਈ ਲਓਗੇ, ਉਹਦੇ ਨਾਲ ਜਦੋਂ ਉਹ ਕਿਓਰ ਹੋ ਜਾਏਗੀ, ਹੀਲ ਹੋ ਜਾਏਗੀ, ਠੀਕ ਹੋ ਜਾਏਗੀ, ਤਾਂ ਉਹ ਵਾਪਸ ਨਹੀਂ ਆਉਂਦੀ, ਕਿਉਂਕਿ ਇਹ ਸੈਲਸ ਲੈਵਲ 'ਤੇ ਜਾ ਕੇ ਕੰਮ ਕਰਦੀ ਆ, ਇਹਨੇ ਅੰਦਰੋਂ ਜਿੱਦਾਂ ਪੰਜਾਬੀ 'ਚ ਕਹਿ ਦਿੰਦੇ ਨਾ, ਸੈਲਸ ਦੇ ਵਿੱਚੋਂ, ਹੱਡਾਂ ਦੇ ਵਿੱਚੋਂ ਰੋਗ ਨੂੰ ਕੱਢ ਕੇ ਬਾਹਰ ਸੁੱਟ ਦੇਣਾ, ਪੂਰਾ ਬਲੱਡ ਅਤੇ ਲਿੰਫ ਨੂੰ ਤੁਹਾਡੇ ਨੂੰ ਡਿਟੋਕਸੀਫਾਈ ਕਰ ਦੇਣਾ, ਪਿਊਰੀਫਾਈ ਕਰ ਦੇਣਾ ਜੀ, ਅਤੇ ਇੱਕ ਬਿਲਕੁਲ ਹੈਲਦੀ ਕਰ ਦੇਣਾ, ਦੁਬਾਰਾ ਉਹ ਰੋਗ ਨਹੀਂ ਹੁੰਦਾ। ਡਾਕਟਰ ਸਾਹਿਬ, ਇੱਕ ਬੜਾ ਵੱਡਾ ਸਵਾਲ ਹੈ, ਜਿਵੇਂ ਤੁਸੀਂ ਡਿਸਕਸ ਕੀਤਾ ਕਿ ਬੱਚਿਆਂ ਦੇ ਪੇਰੈਂਟਸ ਬੱਚਿਆਂ ਨੂੰ ਸਵਾਉਣ ਦੇ ਲਈ ਜਾਂ ਫਿਰ ਮਤਲਬ ਥੋੜ੍ਹੇ ਟਾਈਮ ਤੱਕ ਉਹਨਾਂ ਨੂੰ ਟਿਕਾਓ ਆ, ਕੁਛ ਮੈਡੀਸਨਸ ਦਾ ਯੂਜ਼ ਕਰਦੇ ਨੇ, ਉਹਨਾਂ ਮੈਡੀਸਨ ਦਾ ਬੱਚਿਆਂ ਦੀ ਹੈਲਥ 'ਤੇ ਕਿੰਨਾ ਕੁ ਅਸਰ ਪੈਂਦਾ? ਕਿਉਂਕਿ ਮੈਨੂੰ ਲੱਗਦਾ ਕਿ ਜੇਕਰ ਕੋਈ ਵੀ ਚੀਜ਼ ਮਤਲਬ ਐਕਸੈਸ ਦੇ ਵਿੱਚ ਦਿੱਤੀ ਜਾਵੇ ਤਾਂ ਉਹਦਾ ਜਿਹੜਾ ਸਾਈਡ ਇਫੈਕਟ ਹੈ ਜਾਂ ਫਿਰ ਉਹਦਾ ਬੁਰਾ ਪ੍ਰਭਾਵ ਜਿਹੜਾ ਉਹ ਪੈਣਾ ਸ਼ੁਰੂ ਹੋ ਜਾਂਦਾ ਹੈ। ਦੇਖੋ, ਇਹ ਤਾਂ ਪੂਰੇ ਵਰਲਡ ਵਾਈਜ਼, ਖਾਸ ਕਰਕੇ ਸਾਡਾ ਭਾਰਤ ਜਿਹੜਾ ਹੈਗਾ, ਇੱਥੇ ਦੇ ਜਿੰਨੇ ਵੇਦ ਸ਼ਸਤਰ ਹੈਗੇ ਨੇ ਉਹ ਤਾਂ ਕਹਿ ਹੀ ਰਹੇ ਨੇ ਸ਼ੁਰੂ ਤੋਂ ਸਾਡੇ ਰਿਸ਼ੀ ਮੁਨੀ ਕਿ ਅਸੀਂ ਕੈਮੀਕਲ ਵਰਤਣਾ ਹੀ ਨਹੀਂ, ਅਸੀਂ ਭਾਰਤੀ ਔਸ਼ਧੀਆਂ ਵਰਤਣੀਆਂ, ਸਭ ਤੋਂ ਵੱਡੀ ਗੱਲ। ਦੂਸਰਾ, ਹੁਣ ਪੂਰਾ ਵਰਲਡ ਜਿਹੜਾ ਹੈਗਾ, ਜਿੰਨੇ ਵੀ ਐਜੂਕੇਟਡ ਪਰਸਨ ਹੈਗੇ ਨੇ ਜਾਂ ਜਿਹੜਾ ਪੂਰੇ ਵਰਲਡ ਦੇ ਸਾਇੰਟਿਸਟ ਹੈਗੇ ਨੇ, ਉਹ ਇਹ ਚਾਹੁੰਦੇ ਨੇ ਕਿ ਪੂਰੇ ਵਿਸ਼ਵ ਨੂੰ ਕੈਮੀਕਲ ਫਰੀ ਕੀਤਾ ਜਾਵੇ। ਉਹਦਾ ਰੀਜ਼ਨ ਇਹ ਆ ਕਿ ਜਿਹੜਾ ਕੈਮੀਕਲ ਆ, ਉਹ ਭਾਵੇਂ ਕੋਈ ਛੋਟੀ ਦਵਾਈ ਆ, ਵੱਡੀ ਦਵਾਈ ਆ, ਸਧਾਰਨ ਦਵਾਈ ਆ, ਕੋਈ ਵੀ ਮੈਡੀਸਨ ਆ ਜਿਹੜੀ ਕੈਮੀਕਲ ਦੇ ਨਾਲ ਬਣੀ ਆ, ਉਹ ਅੰਦਰ ਰੋਗਾਂ ਨੂੰ, ਇੱਕ ਰੋਗ ਨੂੰ ਹਟਾਉਂਦੀ ਨਹੀਂ ਬਲਕਿ ਕੇਵਲ ਸਪਰੈਸ ਕਰਦੀ ਆ ਅਤੇ 36 ਰੋਗ ਹੋਰ ਲਾ ਦਿੰਦੀ। ਇਸ ਕਰਕੇ ਉਹਨਾਂ ਦਾ ਸਾਈਡ ਇਫੈਕਟ ਜ਼ਰੂਰ ਹੁੰਦਾ ਅਤੇ ਬਹੁਤ ਜ਼ਿਆਦਾ ਹੁੰਦਾ। ਮੈਂ ਪੇਸ਼ੈਂਟ ਨੂੰ ਵੀ ਦੱਸਦਾ, ਉਹਨਾਂ ਦੇ ਪੇਰੈਂਟਸ ਨੂੰ ਵੀ ਦੱਸਦਾ ਕਿ ਜਿਹੜੀ ਇਹ ਦਿਮਾਗ ਨੂੰ ਰੈਸਟ ਦੇਣ ਵਾਲੀਆਂ ਦਵਾਈਆਂ, ਭਾਵੇਂ ਉਹ ਬੱਚੇ ਲੈਂਦੇ ਭਾਵੇਂ ਉਹ ਵੱਡੇ ਲੈਂਦੇ, ਉਹਨਾਂ ਦਾ ਸਾਈਡ ਇਫੈਕਟ ਦੂਜੀਆਂ ਦਵਾਈਆਂ ਨਾਲੋਂ ਵੀ ਜ਼ਿਆਦਾ ਹੁੰਦਾ। ਉਹ ਤੁਹਾਡੇ ਬੱਚੇ ਦੇ ਬ੍ਰੇਨ ਦੀਆਂ ਨਾੜੀਆਂ ਨੂੰ ਹੋਰ ਵੀ ਸਕੋੜ ਦਿੰਦੀ ਆ, ਹੋਰ ਵੀ ਅੰਦਰ ਸਵੈਲਿੰਗ ਪੈਦਾ ਕਰ ਦਿੰਦੀ ਆ। ਜੋ ਸਮੱਸਿਆ ਆਪਾਂ ਹੱਲ ਕਰਨ ਵਾਸਤੇ ਉਹਨੂੰ ਦਿੱਤੀ ਜਾਂਦੀ ਦਵਾਈ, ਬਲਕਿ ਉਹਨੂੰ ਉਹ ਹੌਲੀ ਹੌਲੀ ਨੈਚੁਰਲ ਤੌਰ 'ਤੇ ਉਹਨੂੰ ਹੋਰ ਵਧਾਉਂਦੀ ਆ। ਹਾਂ, ਚੰਦ ਪਲ ਵਾਸਤੇ ਉਹਨੂੰ ਨਸ਼ੇ ਦੇ ਤੌਰ 'ਤੇ ਜ਼ਰੂਰ ਰੈਸਟ ਦਿੰਦੀ ਆ, ਪਰ ਅੰਦਰ ਰੋਗ ਨੂੰ ਹੋਰ ਪੈਦਾ ਕਰਦੀ। ਇਸ ਵਾਸਤੇ ਉਹਨਾਂ ਤੋਂ ਜਿੰਨਾ ਬਚਿਆ ਜਾਵੇ ਉਹ ਵਧੀਆ। ਪੇਰੈਂਟਸ ਨੂੰ ਕੋਈ ਹੋਰ ਖਾਸ ਐਡਵਾਈਸ ਤੁਹਾਡੇ ਵੱਲੋਂ, ਜਿਹੜੇ ਵੀ ਦੇਖ ਰਹੇ ਨੇ ਪੇਰੈਂਟਸ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੇ ਬੱਚੇ ਔਟਿਜ਼ਮ ਪੀੜਤ ਨੇ, ਉਹਨਾਂ ਲਈ ਕਿਹੜੀਆਂ ਖਾਸ ਗੱਲਾਂ ਨੇ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ? ਉਹ ਇਸ ਤਰ੍ਹਾਂ ਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਦੇ ਤਨ ਪੀੜੀਏ ਮਨ ਮੇਂ ਚਲੇ ਵਿਕਾਰ। ਗੱਲ ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦੇ ਹੋ, ਕਹਿੰਦੇ ਡਾਕਟਰ, ਮੇਰੇ ਕੋਲ ਪੇਸ਼ੈਂਟ ਆਏ, ਉਹ ਕਹਿਣ ਲੱਗਾ, ਡਾਕਟਰ ਸਾਹਿਬ 300 ਡਾਕਟਰ ਦੀ ਲਿਸਟ ਆ ਮੇਰੇ ਕੋਲ। ਉਹ ਛੋਟਾ ਬੱਚਾ ਨਹੀਂ ਸੀ, ਉਹਦਾ ਬੱਚੇ ਦੀ ਉਮਰ ਸੀ 44 ਈਅਰ, 44 ਸਾਲ ਦਾ। ਹੁਣ ਦੇਖੋ, ਛੋਟੇ ਬੱਚੇ ਨੂੰ ਸੰਭਾਲਣਾ ਔਖਾ, 44-45 ਸਾਲ ਦੇ ਨੂੰ ਸੰਭਾਲਣਾ ਕਿੰਨਾ ਔਖਾ ਹੋਊ, ਅਤੇ ਕੋਈ 12-15-20 ਸਾਲ ਦਾ ਵੀ ਆਉਂਦੇ ਹੋ, ਕਹਿੰਦੇ ਅਸੀਂ ਕੋਈ ਥੈਰੇਪੀ ਨਹੀਂ ਛੱਡੀ, ਕੋਈ ਡਾਕਟਰ ਨਹੀਂ ਛੱਡਿਆ,
ਕੋਈ ਪੈਥੀ ਨਹੀਂ ਛੱਡੀ। ਦੁਨੀਆ ਦੇ 300-250 ਡਾਕਟਰਾਂ ਦੀ ਸਾਡੇ ਕੋਲ ਲਿਸਟ ਵੀ ਹੈਗੀ, ਆਰਾਮ ਹੀ ਨਹੀਂ ਆਇਆ। ਅਤੇ ਜਦੋਂ ਅਸੀਂ ਉਹਨਾਂ ਨੂੰ ਪ੍ਰੋਪਰ ਪਹਿਲਾਂ ਡਾਇਗਨੋਸ ਕਰਦੇ ਹਾਂ, ਫਿਰ ਉਹਨੂੰ ਦਵਾਈ ਦਿੰਦੇ ਹਾਂ, ਫਿਰ ਜਦੋਂ ਉਹ ਦਵਾਈ ਦਿੰਦੇ ਹਾਂ ਤਾਂ ਫਿਰ ਜਾ ਕੇ ਉਹ ਅੰਦਰ ਇਫੈਕਟ ਕਰਦੀ ਹੈ, ਤਾਂ ਉਹਦੇ ਨਾਲ ਉਹਨਾਂ ਨੂੰ ਆਰਾਮ ਹੁੰਦਾ ਜੀ। ਅਤੇ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਆ ਜਿਹੜੇ ਉਹ ਬਿਲਕੁਲ ਠੀਕ ਆ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ। ਅੱਛਾ, ਪੇਰੈਂਟਸ ਨੂੰ ਖਾਸ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਬੱਚੇ ਦੇ ਖਾਣ ਪੀਣ ਦਾ, ਹੋਰ ਕਿਹੜੀਆਂ ਜ਼ਿਆਦਾ ਚੀਜ਼ਾਂ ਜ਼ਰੂਰੀ ਨੇ? ਉਹ ਮੈਂ ਜਿੱਦਾਂ ਹੁਣ ਤੁਹਾਨੂੰ ਦੱਸਦਾ ਵੀ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹੀ ਸੀ ਕਿ ਜਿਹੜਾ ਅੱਜ ਦੀ ਡੇਟ ਵਿੱਚ ਜੇ ਹੁਣ ਦੇਖਿਆ ਜਾਵੇ, ਪਹਿਲਾਂ ਔਟਿਜ਼ਮ ਨਹੀਂ ਸੀ, ਪਹਿਲਾਂ ADHD ਨਹੀਂ ਸੀ, ਪਹਿਲਾਂ ਸਪੀਚ ਡਿਲੇ ਨਹੀਂ ਸੀ, ਪਹਿਲਾਂ CP ਦੀ ਪ੍ਰੋਬਲਮ ਨਹੀਂ ਸੀ। ਤੁਸੀਂ ਸਵਾਲ ਕੀਤਾ ਕਿ ਖਾਣਾ ਕੀ ਹੈ ਕਿ ਨਹੀਂ ਖਾਣਾ, ਉਹ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਐਨੀਮਲ ਪ੍ਰੋਟੀਨ ਜਿਹੜਾ ਹੈਗਾ ਉਹ ਹਿਊਮਨ ਬੀਂਗ ਬ੍ਰੇਨ ਪ੍ਰੋਟੀਨ ਨਾਲ ਰਿਐਕਟ ਕਰਕੇ ਸਥਿਤੀ ਪੈਦਾ ਕਰਦਾ। ਆਂਡਾ, ਮੀਟ, ਦੁੱਧ, ਦਹੀਂ, ਲੱਸੀ, ਮੱਖਣ, ਪਨੀਰ, ਘਿਓ, ਮਲਾਈ, ਇਹ ਜਦੋਂ ਆਪਾਂ ਦਿੰਦੇ ਨਾ ਬੱਚੇ ਨੂੰ, ਪਹਿਲਾਂ ਨਹੀਂ ਸੀ, ਹੁਣ ਡਿਊ ਟੂ ਓਵਰ ਪੈਸਟੀਸਾਈਡ, ਓਵਰ ਕੈਮੀਕਲ, ਓਵਰ ਰੇਡੀਏਸ਼ਨ, ਇਹ ਪਿਛਲੇ 25-30 ਸਾਲ ਤੋਂ ਹੁਣ ਬ੍ਰੇਨ ਦੇ ਵਿੱਚ ਜ਼ਿਆਦਾ ਰਿਐਕਟ ਕਰ ਰਿਹਾ। ਇਸ ਕਰਕੇ ਜਿੰਨੇ ਵੀ ਪੇਸ਼ੈਂਟ ਮੇਰੇ ਕੋਲ ਆਉਂਦੇ ਨੇ ਇਸ ਬਿਮਾਰੀ ਦੇ, ਖਾਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਕਿ ਇਹ ਚੀਜ਼ਾਂ ਬੰਦ ਕਰ ਦਿਓ। ਜਦੋਂ ਉਹ ਇਹ ਚੀਜ਼ ਦਾ ਪ੍ਰਿਕੋਸ਼ਨ ਲੈਂਦੇ ਨੇ, ਨਾਲ ਸਾਡੀ ਦਵਾਈ ਲੈਂਦੇ ਨੇ, ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਰਿਜ਼ਲਟ ਮਿਲਦਾ, ਬਹੁਤ ਜ਼ਿਆਦਾ ਉਹ ਖੁਸ਼ ਹੋ ਜਾਂਦੇ ਨੇ ਕਿ ਸਾਡੇ ਕੋਲ ਪਹਿਲਾਂ ਰਿਜ਼ਲਟ ਨਹੀਂ ਮਿਲਿਆ। ਦੂਸਰਾ, ਇਹਦੇ ਨਾਲ ਨਾਲ ਜਿੰਨੇ ਵੀ ADHD ਦੇ ਪੇਸ਼ੈਂਟ ਨੇ ਜਿਹੜੇ ਹਾਈਪਰ ਸੁਪਰ ਹਾਈਪਰ ਰਹਿੰਦੇ ਨੇ, ਉਹਨਾਂ ਦਾ ਮਿੱਠਾ ਜਿਹੜਾ ਹੈਗਾ ਬਿਲਕੁਲ ਜ਼ੀਰੋ ਕਰ ਦਿਓ। ਹਾਂ, ਪ੍ਰਾਕਿਰਤਿਕ ਮਿੱਠਾ ਦੇ ਦਿਓ, ਫਰਕਟੋਜ਼ ਜਿਹੜਾ ਫਰੂਟ ਦਾ ਹੁੰਦਾ ਉਹ ਦਿੱਤਾ ਜਾ ਸਕਦਾ, ਮਨੁੱਖ ਦਾ ਬਣਾਇਆ ਮਿੱਠਾ, ਖੰਡ, ਸ਼ੱਕਰ, ਗੁੜ, ਮਿਸ਼ਰੀ ਜਾਂ ਚੋਕਲੇਟ ਜਾਂ ਕੋਲਡ ਡਰਿੰਕ ਵਗੈਰਾ ਜਿਹੜੇ ਮਿੱਠਾ ਹੁੰਦਾ, ਇਹ ਬਿਲਕੁਲ ਮਿੱਠਾ ਉਹਨਾਂ ਦਾ ਬੰਦ ਕਰ ਦੇਣਗੇ, ਤਾਂ ਅੱਜ ਹੀ ਥੋੜ੍ਹਾ ਜਿਹਾ ਰਿਲੀਫ ਫੀਲ ਕਰਨਗੇ ਜੀ। ਸਰ, ਮੈਂ ਚਾਹਾਂਗੀ ਕਿ ਇੱਕ ਵਾਰ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ, ਜਿਨ੍ਹਾਂ ਨੂੰ ਲਾਗੇ ਛਾਗੇ ਵੀ ਕੋਈ ਉਹਨਾਂ ਦੇ ਨਿਆਣੇ ਇੱਦਾਂ ਦੇ ਰਹਿੰਦੇ ਨੇ ਜਿਨ੍ਹਾਂ ਨੂੰ ਇੱਦਾਂ ਦੀ ਦਿੱਕਤ ਹੈ, ਤਾਂ ਉਹ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ, ਕਿਵੇਂ ਤੁਹਾਡੇ ਨਾਲ ਜੁੜ ਸਕਦੇ ਨੇ? ਜੀ ਬਿਲਕੁਲ, ਸਾਡਾ ਵਿਲੇਜ ਐਂਡ ਪੋਸਟ ਆਫਿਸ ਜਿਹੜਾ ਹੈਗਾ ਫੂਲਪੁਰ ਨੀਅਰ ਲਾਂਬੜਾ, ਅਤੇ ਨਾਲ ਮੇਰਾ ਨੰਬਰ ਨੋਟ ਕਰ ਸਕਦੇ ਹਾਂ, 98-720-0-1445, ਫਿਰ ਰਿਪੀਟ ਕਰਦੇ ਹਾਂ, 98-720-0-1445। ਦੂਸਰਾ ਨੰਬਰ ਹੈਗਾ ਟੋਲ ਫਰੀ 1801-23-0-1445, ਫਿਰ ਨੋਟ ਕਰੋ 1801-23-0-1445, ਪਿੰਡ ਫੂਲਪੁਰ, ਲਾਗੇ ਲਾਂਬੜੇ ਦੇ, ਜ਼ਿਲ੍ਹਾ ਜਲੰਧਰ, ਪੰਜਾਬ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕੀਮਤੀ ਸਮਾਂ ਦੇਣ ਦੇ ਲਈ। ਤਾਂ ਬਿਲਕੁਲ, ਇਹ ਸਨ ਡਾਕਟਰ ਜਸਵਿੰਦਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਅਤੇ ਈ ਬਾਇਓ ਕੇਅਰਸ ਕਲੀਨਿਕ 'ਤੇ ਅਸੀਂ ਅੱਜ ਮੌਜੂਦ ਸੀ, ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਡਿਸੀਜ਼ ਦਾ ਜਿਹੜਾ ਇਲਾਜ ਹੈ ਔਰ ਉਹ ਵੀ ਬੜਾ ਪ੍ਰਾਕਿਰਤਿਕ ਤਰੀਕੇ ਦੇ ਨਾਲ ਜਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਤਾਂ ਜਿਹੜੇ ਵੀ ਬੱਚਿਆਂ ਨੂੰ ADHD ਦੀ ਪ੍ਰੋਬਲਮ ਹੈ ਜਾਂ ਫਿਰ ਔਟਿਜ਼ਮ ਦੇ ਨਾਲ ਜਿਹੜੇ ਪੀੜਤ ਬੱਚੇ ਨੇ, CP ਦੀ ਪ੍ਰੋਬਲਮ ਹੈ, ਹੋਰ ਕਿਸੇ ਤਰ੍ਹਾਂ ਦੀ ਵੀ ਬੱਚੇ ਨੂੰ ਜੇਕਰ ਕੋਈ ਡਿਸੀਜ਼ ਮਾਪਿਆਂ ਨੂੰ ਲੱਗਦੀ ਹੈ, ਤਾਂ ਇੱਕ ਵਾਰ ਈ ਬਾਇਓ ਕੇਅਰ ਜਲੰਧਰ ਜ਼ਰੂਰ ਵਿਜ਼ਿਟ ਕਰਨ ਔਰ ਰਿਜ਼ਲਟ ਜਿਹੜੇ ਨੇ ਤੁਹਾਡੇ ਅੱਖਾਂ ਸਾਹਮਣੇ ਹੋਣਗੇ। ਧੰਨਵਾਦ।